بسم الله الرحمن الرحيم میری طرف سب بہن بھائیوں السلام علیکم آج میری طبیعت ہے خراب میں بخار ہویا رات ڈاکٹر نے فون کی طاقت سے انہوں نے کہا کہ میں آنا سر کوئی دوائی وغیرہ دوں وہ پٹھے بھی انہوں نے شاہ انہوں نے مما وڈ کے لیا جی شاہ انہوں نے پٹھے بھی مال دے لائیاں دے وڈ کے لیا کہ ڈاکٹر آتا تو پھر انہوں نے ਛਾਤੀ ਜਿਹੜਾ ਨਾ ਇਸ ਤਰ੍ਹਾਂ ਦਰਦ ਕਰਦੀ ਹੈ ਫਿਰ ਸਾਰਾ ਜਿਹੜਾ ਇਸ ਤਰ੍ਹਾਂ ਦਾ ਸੇਕ ਨਿਕਲਦਾ ਹੈ ਯਾਰ ਬੁਖਾਰ ਹੋ ਗਿਆ ਪਤਾ ਨਹੀਂ ਡਾਕਟਰ ਕਹਿੰਦਾ ਅੱਜ ਕੱਲ੍ਹ ਪਤਾ ਨਹੀਂ ਮੌਸਮ ਦੀ ਵਜ੍ਹਾ ਤੋਂ ਮੌਸਮ ਚੇਂਜ ਹੁੰਦਾ ਨਾ ਅਤੇ ਕੱਲ ਮਾਸ਼ਾਅੱਲਾ ਠੀਕ ਠਾਕ ਮੈਂ ਸਾਰਾ ਦਿਨ ਚੋਂ ਤੁਰਿਆ ਪਿਆ ਸੁਬਹਾ ਉੱਠਿਆ ਤਾਂ ਉੱਠਣ ਹੀ ਨਹੀਂ ਹੋਇਆ ਜਿਸਮ ਨਹੀਂ ਇੱਦਾਂ ਦਰਦ ਕਰਦਾ ਸਿਰ ਵੀ ਜਿਹੜਾ ਛਾਤੀ ਜਿਹੜੀ ਹੈ ਉਹ ਰੁਕੀ ਗਈ ਦੇ ਗਿਆ ਦਵਾਈ ਕੀ ਦੱਸਿਆ ਡਾਕਟਰ ਨੇ ਨਾਲ ਗੋਲੀਆਂ ਦਿੱਤੀਆਂ ਹੋਣੀਆਂ ਖਾਣੀਆਂ ਦੇ ਦੁੱਧ ਨਾਲ ਚਾਹੀਦੀਆਂ ਸੀ ਉਹਨਾਂ ਤੇ ਚਾਹ ਤੰਗ ਛਾਤੀ ਜਿਹੜੀ ਰੁਕੀ ਨਾ ਉਹਦੇ ਵਾਸਤੇ ਠੀਕ ਹੈ ਪਾਣੀ ਨਾਲ ਹੀ ਲੈ ਲਾਂਗਾ ਇਹਨਾਂ ਨੂੰ ਕਮਜ਼ੋਰ ਦੇ ਦੇ ਤੂੰ ਤਾਂ ਐਵੇਂ ਧੱਕੇ ਨਾਲ ਹੀ ਅੱਧੀ ਲੈ ਲੈਣੀ ਛੱਡ ਦੇ ਕਰੋ ਤੁਸੀਂ ਇਸ ਤਰ੍ਹਾਂ ਕਰੋ ਕਰਕੇ ਨਾ ਮਾਲ ਨਿਸ਼ਾਨਾ ਕਰ ਛੱਡ ਹਾਂਜੀ ਮਾਲ ਛਾਣ ਕੀਤਾ ਤੇ ਤੁਸੀਂ ਆਰਾਮ ਕਰੋ ਅਸੀਂ ਨਾ ਕਰਦੇ ਹਾਂ ਪੱਠਿਆਂ ਤੋਂ ਫਿਰ ਮੈਂ ਚਕਾ ਲੈਣਾ ਲੈ ਤੁਸੀਂ ਲੇਟ ਜੋ ਅਸੀਂ ਨਾ ਕਰਦੇ ਹਾਂ ਕੋਈ ਅਭੀ ਮੇਰੀ ਕਾਲ ਚੇ ਨਾ ਕਰ ਠੀਕ ਠਾਕ ਨਾ ਰਾਤੀ ਪਿਆਂ ਤੇ ਮੌਸਮ ਬਦਲਦਾ ਨਾ ਇਸ ਵਾਰ ਅਚਾਨਕ ਮੌਸਮ ਵਾਸਤੇ ਤਰੇਲ ਪੈਂਦੀ ਹੈ ਮੌਸਮ ਵਾਸਤੇ ਤਰੇਲ ਪੈਂਦੀ ਆ ਪੱਖਾ ਚਲਾ ਲਈਦਾ ਤਾਂ ਕਰਕੇ ਨਾ ਬਗੈਰ ਮੱਛਰ ਨਹੀਂ ਪੈਣ ਦਿੰਦਾ ਨਾ ਮੱਛਰਦਾਨੀ ਲਾ ਲਿਆ ਕਰੋ ਹਾਂ ਹੁਣ ਜਾਲੀਆਂ ਲਾਇਆ ਕਰੋ ਪੱਖਾ ਨਾ ਚਲਾਓ ਪੱਖਾ ਨਹੀਂ ਚਲਾਇਆ ਕਰਦੇ ਤਰੇਲ ਪੈਂਦੀ ਆ ਤਾਂ ਫਿਰ ਮੌਸਮ ਬਦਲਦਾ ਨਾ
ਇਸ ਕਰਕੇ ਐਵੇਂ ਹੀ ਬੁਖਾਰ ਹੋ ਜਾਂਦਾ। ਅੱਲਾਹ ਤਾਲਾ ਮਾਫ਼ ਕਰੇ, ਅੱਲਾਹ ਤਾਲਾ ਆਰਾਮ ਦੇਵੇ। ਆਰਾਮ ਕਰੋ ਤੇ ਫਿਰ ਮੈਂ ਨਾ ਦੁੱਧ ਗਰਮ ਕਰਦੀ ਠੰਡਾ ਕਰਕੇ ਨਾ ਪੱਤੀ ਪਾ ਕੇ ਵਿੱਚ ਫਿਰ ਗੋਲੀਆਂ ਦੇਣੀ। ਠੀਕ ਪੱਠੇ ਚੱਲ ਕੇ ਵੱਢੋ ਤੇ ਫਿਰ ਮੈਂ ਮਾੜਾ ਮਾੜਾ ਲੜਕਦਾ ਤੁਹਾਨੂੰ ਉਹਨਾਂ ਵਿੱਚ ਕਰਨਾ। ਨਹੀਂ ਚੁੱਕ ਲਿਆਵਾਂਗੇ ਤੁਸੀਂ ਨਹੀਂ ਚੁੱਕ, ਇਕੱਲੇ ਬੰਦੇ ਕੋਲ ਨਹੀਂ ਛਕਿੰਦੇ ਵੱਡੇ ਲੰਮੇ ਲੰਮੇ ਪੱਠੇ ਨੂੰ ਬਾਜ ਰਹੇ, ਇਕੱਲੇ ਕੋਲ ਕਿੱਥੋਂ ਛਕਿੰਦੇ। ਬੱਚਿਆਂ ਨੂੰ ਪਾਪਾ ਨੂੰ ਬੁਖਾਰ ਆ ਅਤੇ ਅੱਜ ਪੱਠੇ ਵੀ ਅਸੀਂ ਵੱਢਾਂਗੇ। ਬੁਖਾਰ ਹੋ ਗਿਆ, ਡਾਕਟਰ ਦਵਾਈ ਦੇ ਕੇ ਗਿਆ, ਉਹਨਾਂ ਨੂੰ ਕਿਹਾ ਸੀ ਤੁਸੀਂ ਆਰਾਮ ਕਰੋ ਅਤੇ ਅਸੀਂ ਪੱਠੇ ਵੱਢਦੇ ਹਾਂ। ਪਹਿਲੇ ਮਾਲ ਨੂੰ ਪਾਣੀ ਪਿਲਾ ਕੇ ਛਾਵੇਂ ਬੰਨਿਆ ਅਤੇ ਹੁਣ ਪੱਠੇ ਵੱਢ ਲੈਂਦੇ। ਅੱਜ ਸਾਰੇ ਕੰਮ ਸਾਨੂੰ ਆਪ ਹੀ ਕਰਨੇ ਪਏ, ਅੱਲਾਹ ਤਾਲਾ ਉਹਨਾਂ ਨੂੰ ਆਰਾਮ ਦੇਵੇ। ਅਤੇ ਮਾਮਾ ਜੀ ਪਾਪਾ ਨੂੰ ਬੁਖਾਰ ਹੋਇਆ, ਮਾੜਾ ਛੱਡ ਦੇਣਾ, ਪੱਠੇ ਅਸੀਂ ਵੱਢ ਲਏ। ਇਹਦੇ ਵਿੱਚ ਕੰਡ ਆ ਮੇਰੇ ਕੰਡ ਵਿੱਚ ਹੈ ਨਾ ਦਰਦ ਹੁਣ ਇਹਨੂੰ ਪੱਲੀ ਉੱਤੇ ਪਾ ਕੁਛ ਨਹੀਂ ਖਾਣਾ, ਸਿਰਫ ਨਾ ਚਾਹ ਦੁੱਧ ਪੱਤੀ ਪਾ ਕੇ ਚਾਹ ਬਣਾ ਦੇਣਾ ਬੋਲਣਾ। ਹਾਂਜੀ ਆਪਣੇ ਪਾਪਾ ਨੂੰ ਘੁੱਟ ਕੇ ਮੈਂ ਚਾਹ ਲਿਆ ਕੇ ਦਿੰਦੀ। ਇੱਕੋ ਗੱਲ ਫਾੜੇ ਇੱਕੋ ਗੱਲ ਫਾੜੇ ਛੱਡਦਾ ਚਾਹ ਸ਼ੁਕਰ ਕਾਫੀ ਨਾ ਜਿਹੜਾ ਅੰਦਰੋਂ ਸੇਕ ਨਿਕਲ। ਦੁਆ ਕਰ ਅੱਲਾਹ ਤਾਲਾ ਮੇਰੇ ਪਾਪਾ ਨੂੰ ਆਰਾਮ ਦੇ।
ਬੱਚਿਆਂ ਦੇ ਪਾਪਾ ਨੂੰ ਹੋ ਗਿਆ ਸੀ ਬੁਖਾਰ, ਡਾਕਟਰ ਨੂੰ ਬੁਲਾਇਆ, ਦਵਾਈ ਲਈ ਆ, ਤੇ ਅੱਲਾਹ ਤਾਲਾ ਇਹਨਾਂ ਨੂੰ ਆਰਾਮ ਦੇਵੇ, ਸ਼ਿਫਾ ਦੇਵੇ ਅੱਲਾਹ ਤਾਲਾ, ਤੇ ਸਾਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼।